بسم الله الرحمن الرحیم ایاک نعبد و ایاک نستعین السلام علیکم دوستو ਤੁਸੀਂ ਵੇਖਦੇ ਪਏ ਬਾਉ ਵਿਰਕ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਬਾਉ ਵਿਰਕ ਹਰ ਰੋਜ਼ ਦੀ ਤਰ੍ਹਾਂ ਜਨਾਬ ਅੱਜ ਇੱਕ ਫਿਰ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਦੋ ਗਾਵਾਂ ਦੀ ਵੀਡੀਓ ਜਨਾਬ ਪਹਿਲੇ ਨਾ ਵੈੜਾ ਇੱਕ ਸੂਈ ਹੈ ਇੱਕ ਸੂਣ ਵਾਲੀ ਹੈ ਮਾਕੂਲ ਕੀਮਤਾਂ ਦੀਆਂ ਜਨਾਬ ਬੜੇ ਖੂਬਸੂਰਤ ਜਾਨਵਰ ਜਨਾਬ ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਬਾਅਦ ਆਸਾਨੀ ਮੇਰੇ ਦੋਸਤਾਂ ਤੇ ਵੀਰਾਂ ਤੱਕ ਪਹੁੰਚਦਾ ਰਹੇ ਮੇਰਾ ਕੈਮਰਾਮੈਨ ਤੁਹਾਨੂੰ ਕਰਾਉਣ ਦਾ ਤਸੱਲੀ ਹੈ ਜਨਾਬ ਸਭ ਤੋਂ ਪਹਿਲਾ ਨੰਬਰ ਬੈਡ ਗੱਬਣ ਬਾਬਾ ਤੁਰੀ ਆ ਮਾਸ਼ਾਅੱਲਾ ਸਭ ਤੋਂ ਪਹਿਲੇ ਵੇਖਣਾ ਕੱਦ ਬੰਦੇ ਜਿੱਦਾਂ ਕੱਦ ਬੜੇ ਕੱਦੋ ਕੰਮ ਦੀ ਮਾਲਕ ਜਨਾਬ ਮਾਸ਼ਾਅੱਲਾ ਹਵਾਨਾ ਥੱਬਿਆਂ ਦੇ ਹਵਾਨੇ ਜਿਹਨੂੰ ਕਹਿੰਦੇ ਆ ਸੁਣਦੀ ਨਹੀਂ ਬੈਡ ਅਜੇ ਮੂੰਹ 'ਚ ਚੌਕ ਦੇ ਦੰਦ ਕੱਢਦੀ ਪਈ ਮਾਸ਼ਾਅੱਲਾ ਇੱਧਰ ਦੇਖੋ ਹਵਾਨਾ ਮਾਸ਼ਾਅੱਲਾ ਇੱਥੇ ਚੁੜਾਈ ਹਵਾਨੇ ਦੀ ਇਹਨੂੰ ਕਹਿੰਦੇ ਹਵਾਨਾ ਮਤਲਬ ਐਵੇਂ ਨਹੀਂ ਪਤਲਾ ਜਿਹਾ ਹਵਾਨਾ ਹੋਵੇ ਇਵੇਂ ਗੱਲ ਨਹੀਂ ਅੱਲਾ ਦੇ ਹੁਕਮ ਨਾਲ ਸ਼ਾਇ ਆ ਤੇ ਬ੍ਰੈਂਡ ਆ ਪੂਰੀ ਇਨਸ਼ਾਅੱਲਾ ਮੁੱਠ ਮੁੱਠ ਦਾ ਥਣ ਮੁੱਠ ਮੁੱਠ ਦਾ ਮਾਸ਼ਾਅੱਲਾ ਇਤਕਰ ਨਾਮ ਨਿਸ਼ਾਨ ਹੀ ਕੋਈ ਨਹੀਂ ਅਸੀਲ ਇੰਨੀ ਹੈ ਪਹਿਲਣ ਹੋ ਕੇ ਅਜੇ ਤੱਕ ਸੂਈ ਨਹੀਂ ਦੀ ਪਹਿਲਣ ਤਾਂ ਥਣਾਂ ਨੂੰ ਹੱਥ ਨਹੀਂ ਲਾਉਣ ਦਿੰਦੀਆਂ ਆਮ ਬੇਨਸਲੀਆਂ ਗਾਵਾਂ ਜਿਹੜੀਆਂ ਹੋਣ ਨਸਲਦਾਰ ਜਿਹੜੀ ਗਾਂ ਤੋਰੀ ਬਾਬਾ ਨਸਲਦਾਰ ਗਾਂ ਦੀ ਇਹ ਕੁਆਲਿਟੀ ਹੈ ਜਨਾਬ ਜਿਵੇਂ ਮਰਜ਼ੀ ਕੋਈ ਥੱਲੇ ਬਹਿ ਕੇ ਹੁਣੇ ਹੀ ਇਹ ਕਰਾਸ ਆਉਂਦੀ ਜਨਾਬ ਗਰਲੈਂਡੋ ਦੇ ਵਿੱਚ ਫਰੀਜ਼ੀਅਨ ਦਾ ਕਰਾਸ ਹੈ ਜਨਾਬ ਮਾਸ਼ਾਅੱਲਾ ਮਾਸ਼ਾਅੱਲਾ ਜਿਹਦੀ ਵਜ੍ਹਾ ਤੋਂ ਗਰਮੀ ਔਰ ਸਰਦੀ ਦੋਨੋਂ ਮੌਸਮਾਂ ਵਾਸਤੇ ਬੈਸਟ ਗਾਂ ਆ ਜਿਹਨੂੰ ਸਦਾ ਬਹਾਰ ਗਾਂ ਕਹਿੰਦੇ ਆ ਆਪਣੇ ਇਲਾਕੇ ਦੀ ਸਦਾ ਬਹਾਰ ਗਾਂ ਇਹ ਗਿਣੀ ਜਾਂਦੀ ਹੈ ਗਰਮੀ ਦੇ ਵਿੱਚ ਧੁੱਪੇ ਬੰਨ ਦਿਓ ਮਸਲਾ ਕੋਈ ਨਹੀਂ ਸਰਦੀ 'ਚ ਬਾਹਰ ਬੰਨ ਦਿਓ ਮਸਲਾ ਕੋਈ ਨਹੀਂ ਮੌਸਮ ਦੀ ਵਜ੍ਹਾ ਤੋਂ ਕੋਈ ਮਸਲਾ ਨਾ ਬਣੇਗਾ ਅੱਲਾ ਦੇ ਹੁਕਮ ਨਾਲ ਬਾਕੀ ਜ਼ਿੰਦਗੀ ਮੌਤ ਮੇਰੇ ਅੱਲਾ ਦੇ ਵਾਸ ਹੈ ਮੌਸਮ ਦੇ ਦੋਨੋਂ ਮੌਸਮ ਨੂੰ ਫੇਸ ਕਰਨ ਵਾਲੀ ਹੈ ਬੈਸਟ ਗਾਂ ਸੁਮਣ ਦੇ ਵਿੱਚ 5-7 ਦਿਨ ਬਾਕੀ ਹੈ ਅਗਰ ਇਸ ਤੋਂ ਕੋਈ ਦਿਹਾੜੀ ਉੱਤੇ ਲੈ ਗਈ ਤਾਂ ਅੱਲਾ ਦੇ ਗੁਣਾ ਉਹਨੇ ਮੈਦਾਨ ਜ਼ਿਆਦਾ ਲਾ ਦੇਗੀ ਕਿ ਮੇਰਾ ਭਰਾ ਲੈ ਜਾਏਗਾ ਤਾਂ ਯਾਦ ਕਰੇਗਾ ਜਨਾਬ ਮੂੰਹ 'ਚ ਸਪੈਸ਼ਲ ਮੂੰਹ ਪੱਟ ਕੇ ਲੈ ਕੇ ਜਾਵੇ ਮੇਰਾ ਭਰਾ ਚਾਰ ਦਿਨ ਦੀ ਗੱਲ ਕੀਤੀ ਤਾਂ ਚਾਰ ਹੋਣਗੇ 6 ਨਹੀਂ ਹੋਣਗੇ ਇਹ ਨਹੀਂ ਗੱਲ ਮੂੰਹ ਪੱਟੇਗਾ ਆਣ ਕੇ ਤਾਂ ਗੱਲ ਕੋਈ ਹੋਰ ਨਿਕਲੇ ਕੌਣ ਬਾਬਾ ਥੋੜ੍ਹੀ ਜਿਹੀ ਉਹਨੇ ਲਿਆ ਬੈਡ ਨੰਬਰ 2 ਤਾਜ਼ਾ ਸੂਈ ਸਿਰ ਤੋਂ ਓਰੀਜਨਲ ਮੋਨੀ ਪ੍ਰਿੰਟ ਦੇ ਵਿੱਚ ਗਰਲੈਂਡੋ ਦੇ ਵਿੱਚ ਜਨਾਬ ਇਨਸ਼ਾਅੱਲਾ ਗਰਲੈਂਡੋ 'ਚ ਕਰਾਸ ਹੋਵੇਗਾ ਗਰੰਟੀ ਨਾਲ ਕਹਿੰਦੇ ਪਏ ਆ ਕੋਈ ਮੇਰਾ ਭਰਾ ਗਰਲੈਂਡੋ ਕਰਾਸ ਗਾਂ ਲੈਣੀ ਚਾਹੁੰਦਾ ਇੱਕ ਦਿਨ ਦੀ ਸੂਈ ਹੈ ਇੱਕ ਦਿਨ ਦੀ ਸੂਈ ਥੱਲੇ ਹੁਣੇ ਕੋਈ ਭਰਾ ਸਾਡਾ ਆ ਜਾਵੇ ਮੌਕੇ 'ਤੇ ਆਵੇ ਚੁਆ ਕੇ ਦੇਵਾਂਗੇ 18 ਲੀਟਰ ਦੁੱਧ ਇੱਕ ਦਿਨ ਦੀ ਸੂਈ ਥੱਲੇ ਅੱਲਾ ਦੇ ਗੁਣ 5-4 ਦਿਨ ਰੁਕੇ ਗਾਂ 20+ ਦੁੱਧ ਆਰਾਮ ਨਾਲ 20+ ਦੁੱਧ ਦੇਣ ਦੇ ਵਾਸਤੇ ਕਰਨਾ ਮਸਲਾ ਕੋਈ ਨਹੀਂ ਅੱਲਾ ਮੇਰੇ ਦੇ ਹੁਕਮ ਨਾਲ ਪਿੱਛੇ ਬੱਚੀ ਹੈ ਬੱਚੀ ਜਿਹੜੇ ਰੈੱਡ ਫਰੀਜ਼ਨ ਟੀਕੇ ਹੁੰਦੇ ਆ ਉਹਨਾਂ ਟੀਕਿਆਂ ਦੀ ਬੱਚੀ ਹੈ ਮਾਸ਼ਾਅੱਲਾ ਬੱਚੀ ਬਹੁਤ ਖੂਬਸੂਰਤ ਨਜ਼ਾਬ ਬੱਚੀ ਹੈ ਬੱਚੀ ਗਾਂ ਨਾਲੋਂ ਜ਼ਿਆਦਾ ਕੀਮਤ ਦੀ ਬੱਚੀ ਅੱਲਾ ਦੇ ਹੁਕਮ ਨਾਲ ਹੁਣ ਮੇਰਾ ਕੈਮਰਾਮੈਨ ਗਾਂ ਦੇ ਥਣ ਇੱਕ ਇੱਕ ਥਣ ਮਾਸ਼ਾਅੱਲਾ ਮਾਸ਼ਾਅੱਲਾ ਜਿਵੇਂ ਮੱਝਾਂ ਦਾ ਥਣ ਹੁੰਦਾ ਬੜੀ ਚੁਆਈ 100 ਗਾਂ ਕੋਈ ਬੰਦਾ ਚੋਲਵੇ 100 ਗਾਂ ਤੋਂ ਬਾਅਦ 1 ਗਾਂ ਦੀ ਚੁਆਈ ਭਾਵੇਂ ਇਹਦੇ ਨਾਲ ਦੀ ਹੋਵੇ ਤੇ ਐਸੀ ਚੁਆਈ ਨਹੀਂ ਲੱਗਦੀ ਸਾਡੀ ਲੋਕੇਸ਼ਨ ਹੈ ਤਹਿਸੀਲੋ ਜ਼ਿਲ੍ਹਾ ਪਾਕਪਤਨ ਚੱਕ ਨੰਬਰ 33 SP ਮਾਸ਼ਾਅੱਲਾ ਗੰਦਰ ਰੰਗੀਆਂ ਵੈੜਾਂ ਦੋਵੇਂ ਮੂੰਹ 'ਚੋਂ 4-4 ਦੰਦ ਦੋਨੋਂ ਦੇ ਇੱਕ ਸੂਈ ਹੈ ਉਹਦੇ ਪਿੱਛੇ ਬੱਚੀ ਹੈ ਜਿਹੜੀ ਸੂਣ ਵਾਲੀ ਹੈ ਉਹ ਹੁਣ ਉਹਨਾਂ ਨੂੰ ਪਤਾ ਬੱਚੀ ਦਿੰਦੀ ਹੈ ਕਿ ਬੱਚਾ ਦਿੰਦੀ ਹੈ ਮਾਲਕਾਂ ਦੀ ਕੋਈ ਗਰੰਟੀ ਨਹੀਂ ਵੀ ਸੈਕਸ ਸਿਮਰ ਰੱਖਿਆ ਹੋਇਆ ਝੂਠ ਬੋਲੀ ਜਾਈਏ ਅੱਲਾਹ ਤਾਲਾ ਬਚਾਏ ਜਨਾਬ ਝੂਠ ਤੋਂ ਜਿਹੜੀ ਸੂਈ ਖੜੀ ਹੈ ਉਹ ਸਾਹਮਣੇ ਆਈ ਖੁੱਤੀ ਜਿਹੜੀ ਸੂਣ ਹੈ ਉਹਦੇ ਥਣਾਂ ਦਾ ਵਾਧਾ ਘਾਟਾ ਉਹਦੋਂ ਜ਼ਿੰਮੇਦਾਰੀ ਹੋਵੇਗੀ
ਬਾਕੀ ਮਾਮਲਾਤ ਮੇਰੇ ਅੱਲਾ ਦੇ ਬਸ ਹੈ। ਦੋਵਾਂ ਗਹਿਣਾ ਦੀ ਜਨਾਬ 4,40,000 ਰੁਪਇਆ ਡਿਮਾਂਡ ਹੈ, 4,40,000 ਰੁਪਇਆ ਡਿਮਾਂਡ ਦੋਨਾਂ ਗਹਿਣਾ ਦੀ ਹੈ, 8,80,000 ਰੁਪਇਆ ਬਣਦਾ। ਅਗਰ ਕੋਈ ਮੇਰਾ ਭਰਾ ਦੋਨੋਂ ਇਕੱਠੀਆਂ ਲਵੇ 8,40,000 ਰੁਪਇਆ, ਜ਼ਬਰਦਸਤ। ਦੋਨਾਂ ਗਾਵਾਂ ਦੀ ਕੀਮਤ ਜਨਾਬ 4,40,000 ਰੁਪਇਆ। ਅਗਰ ਕੋਈ ਮੇਰਾ ਵੀਰ ਦੋਨੋਂ ਇਕੱਠੀਆਂ ਲਵੇ, ਦੋਨਾਂ ਇਕੱਠੀਆਂ ਦੀ ਕੀਮਤ 8,40,000 ਰੁਪਇਆ, 4,40,000 ਹਿਸਾਬ ਤੇ ਬਣਦਾ 8,80,000। ਦੋਵੇਂ ਇਕੱਠੀਆਂ ਲਵੇ ਤੇ 8,40,000 ਰੁਪਇਆ। ਮਜ਼ੀਦ ਕੋ ਪਿਆਰ ਮੁਹੱਬਤ ਵੀ ਕਰਾਂਗੇ ਇਨਸ਼ਾਅੱਲਾ। ਸਾਡਾ ਰਾਬਤਾ ਨੰਬਰ ਹੈ 0300 পুরা 2956 468, 0300 পুরা 2956 468। ਕੱਲ ਤੱਕ ਦੀ ਇਜਾਜ਼ਤ, ਕੱਲ ਇੱਕ ਫਿਰ ਵੀਡੀਓ ਨਾਲ ਹਾਜ਼ਰ ਹੋਵਾਂਗੇ। ਅੱਲਾ ਨਿਗਬਾਨ, ਪਾਕਿਸਤਾਨ ਜ਼ਿੰਦਾਬਾਦ।